ਦੋਸਤੋ, ਅਗਰ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਲਾਲ ਬਟਨ ਨੂੰ ਦਬਾ ਕੇ ਸਬਸਕ੍ਰਾਈਬ ਕਰ ਲਓ ਔਰ ਨਾਲ ਦੀ ਨਾਲ ਇਹ ਬੈਲ ਆਈਕਨ ਦੇ ਬਟਨ ਨੂੰ ਵੀ ਦਬਾ ਲਓ ਤਾਂ ਕਿ ਆਪਣੀ ਹਰ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕੇ। ਇਹ ਬਿਲਕੁਲ ਫ੍ਰੀ ਹੈ ਜੀ। ਸਭੇ ਰਾਮ ਰਾਮ ਜੀ। ਰਾਮ ਰਾਮ ਜੀ। ਕੀ ਹਾਲ ਚਾਲ? ਵਧੀਆ। ਠੀਕ। ਤੇ ਬੈਲ ਕੋ ਟੱਲੀ ਵਰਗੀ ਹੈ। ਟੱਲੀ ਵਰਗੇ ਹੋ? ਹਾਂ। ਕੀ ਨਾਮ? ਆਪਣਾ ਨਾਮ ਪਤਾ ਦੱਸੋ ਪਹਿਲੇ। ਮੁਨਸ਼ੀ ਰਾਮ। ਸਨ ਆਫ? ਰਾਂਝਾ ਰਾਮ। ਤੇ ਜਿੱਥੇ ਆਪਾਂ ਬੈਠੇ ਹਾਂ, ਹਾਂ ਜੀ, ਇਸ ਪਿੰਡ ਦਾ ਕੀ ਨਾਮ ਹੈ? ਸ਼ਾਮਾ ਖਾਨ ਕਾ। ਤੇ ਇਸ ਤੋਂ ਇਲਾਵਾ ਵੀ ਇਹਦਾ ਕੀ ਨਾਮ ਹੈ? ਇੱਕ ਫਰਮਾਨ ਵਾਲਾ। ਤੇ ਬਾਬਾ ਜੀ, 1947 ਤੋਂ ਪਹਿਲੇ ਤੁਸੀਂ ਵੀ ਰਹਿੰਦੇ ਪੰਜਾਬ ਤੋਂ ਮਾਈਗ੍ਰੇਟ ਹੋ ਕੇ ਆਏ ਸੀ? ਹਾਂ ਜੀ, ਵੱਡੀ ਰਾਖ ਦੇ ਵਿੱਚ ਰਹਿੰਦੇ ਸੀ। ਪਿਛਲੇ ਪਿੰਡ ਦਾ ਕੀ ਨਾਮ ਸੀ ਜੀ? ਵੱਡੀ ਰਾਖ। ਵੱਡੀ ਰਾਖ। ਅੱਛਾ। ਰਾਖਾਂ ਦੋ ਸੀਗੀਆਂ, ਇੱਕ ਉਸ ਤੋਂ 1.5 ਮੀਲ ਦੂਰ ਸੀਗੀ। ਅੱਛਾ ਜੀ। ਇੱਕ ਪਾਸੇ ਸੀਗਾ ਆਪਣੇ 19 ਨੰਬਰ ਜੱਟਾਂ ਸਿੱਖਾਂ ਦਾ ਪਿੰਡ। ਅੱਛਾ। ਇਹ ਕਿੱਡਾ ਕੁ ਵੱਡਾ ਪਿੰਡ ਸੀ? ਉਹ 400 ਘਰ ਸੀਗਾ ਜੀ ਜਦੋਂ ਆਉਂਦੇ ਹਾਂ ਤਾਂ। ਅਸੀਂ ਉਸ ਤੋਂ 6 ਮਹੀਨੇ ਪਹਿਲਾਂ ਇੱਧਰ ਉੱਧਰ ਲਿਖਿਆ ਸੀਗਾ। ਅੱਛਾ। ਉਹ 400 ਘਰ ਬਣ ਚੁੱਕਾ ਸੀ। ਮਰਦਮ ਸ਼ੁਮਾਰੀ ਜਿਹਨੂੰ ਕਹਿ ਸਕਦੇ ਹਾਂ? ਹਾਂ ਜੀ, ਮਰਦਮ ਸ਼ੁਮਾਰੀ ਇਸੇ ਤਰ੍ਹਾਂ ਹੀ। ਅੱਛਾ। ਤੇ 400 ਘਰ ਦੇ ਕਰੀਬ ਸੀ? ਹਾਂ ਜੀ। ਤੇ ਜ਼ਿਆਦਾਤਰ ਕੰਬੋਜ ਬਰਾਦਰੀ ਬੈਠੀ ਸੀ ਆਪਣੀ? ਹਾਂ ਜੀ, ਕੰਬੋਜ ਸੀ। ਦੋ ਹੀ ਬਰਾਦਰ ਸੀਗਾ, ਇੱਕ ਘਰ ਵਨੈਕਾ ਦਾ ਸੀਗਾ। ਅੱਛਾ ਜੀ। ਤੇ ਬਾਕੀ ਦਨਯੂ ਤੇ ਡੋਠ। ਅੱਛਾ ਜੀ। ਇਹ ਤੇ ਆਪਣੇ ਹਿੰਦੂ ਕੰਬੋਜ ਤੋਂ ਇਲਾਵਾ ਕੋਈ ਗੈਰ ਹਿੰਦੂ ਵੀ ਬੈਠੇ ਸੀ ਉੱਥੇ? ਕੋਈ ਹੋਰ ਕੌਮਾਂ ਵੀ ਸੀਗੀਆਂ ਪਿੰਡ 'ਚ ਕਿ ਨਹੀਂ? ਨਾ, ਸਿਰਫ ਇਹੋ ਹੀ ਸੀਗੇ ਆਪਣੇ ਕੰਬੋਜ ਦਾ। ਹਾਂ ਜੀ, ਪਿੰਡ ਸੀ ਇਹ, ਸਾਡੇ ਦਾਦੇ ਨੇ ਬੰਨਿਆ ਸੀਗਾ ਪਿੰਡ। ਅੱਛਾ। ਉਹਦਾ ਨਾਮ ਬੂਲਾ ਰਾਮ ਸੀਗਾ। ਅੱਛਾ। ਤਾਂ ਉਹ ਇੱਥੇ ਜੁੱਲਣ ਪਿੰਡ ਹੈ, ਇਹ ਗੰਗਾ ਨਗਰ ਕੋਲ। ਅੱਛਾ। ਇੱਥੋਂ ਗਏ ਹੋਏ, ਇੱਥੇ ਮੈਂ 3 ਵਾਰੀ ਆਇਆ। ਪਾਰਟੀਸ਼ਨ ਤੋਂ ਪਹਿਲੇ? ਹਾਂ, ਪਾਰਟੀਸ਼ਨ ਤੋਂ ਦਰਿਆ ਸਾਹਮਣੇ ਹੈ ਤੇ ਉੱਥੋਂ ਲੰਘ ਕੇ ਆਉਂਦੇ ਸੀ ਦਰਿਆ ਦੇ ਵਿੱਚੋਂ। ਅੱਛਾ। ਤੁਸੀਂ 47 ਵੇਲੇ ਤੁਹਾਡੀ ਉਮਰ ਕਿੰਨੀ ਸੀ? ਸਾਡੀ ਉਮਰ ਆਪਣੇ 32 ਦਾ ਜਨਮ ਹੈ, ਪੋਹ ਦੀ 2 ਦਾ। ਉਸ ਅੱਗੇ ਦੇਸੀ ਮਹੀਨੇ ਚੱਲਦੇ ਆ। ਅੱਛਾ ਅੱਛਾ। 8 ਤੇ 7 ਕਰੀਬ 15-16 ਸਾਲ? ਹਾਂ ਜੀ, 15-16 ਸਾਲ ਹੀ ਸੀਗਾ। ਤੇ ਆਪਣੇ ਪਿੰਡ 'ਚ ਸਕੂਲ ਹੈ ਸੀ ਉੱਥੇ? ਕੋਈ ਨਹੀਂ। ਤੇ ਤੁਸੀਂ ਪੜ੍ਹੇ ਉੱਥੇ ਕੁਛ? ਹਾਂ, ਸਾਡੇ ਖੂਹ 'ਤੇ ਵੀ ਦਰਬਾਰ ਸਾਹਿਬ ਸੀਗਾ। ਅੱਛਾ। ਪਿੰਡ ਦੇ ਵਿੱਚ ਵੀ ਸੀਗਾ ਤੇ ਜਦੋਂ ਲੈ ਕੇ ਜਾਂਦੇ ਹਾਂ ਇੱਥੋਂ ਅੰਮ੍ਰਿਤਸਰ ਤੋਂ। ਹਾਂਜੀ। ਤਾਂ ਉਸ ਸਮੇਂ ਬਾਪੂ ਸੀਗਾ ਤੇ ਹੋਰ ਵੀ 4 ਨੁਮਾਇੰਦੇ ਸੀਗੇ। ਅੱਛਾ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਦੇਹ ਤੁਸੀਂ ਲੈ ਕੇ ਗਏ? ਹਾਂ, ਦੇਹ ਲੈ ਗਏ ਖੂਹ ਵਾਸਤੇ। ਅੱਛਾ। ਉੱਥੇ ਪ੍ਰਕਾਸ਼ ਕੀਤਾ ਸੀ? ਹਾਂਜੀ। ਉਸ ਇੱਕ ਤਰ੍ਹਾਂ ਦਾ ਗੁਰਦੁਆਰਾ ਹੀ ਬਣਾ ਰੱਖਿਆ? ਹਾਂਜੀ, ਉਹ ਇਤਨਾ ਦੂਰ ਸੀਗਾ ਜਿਵੇਂ ਇੱਕ ਕੋਹ ਸੀਗਾ ਦੂਰ ਖੂਹ। ਤੇ ਤੁਸੀਂ ਜਦੋਂ ਪੜ੍ਹਨ ਜਾਂਦੇ ਉੱਥੇ ਕੁਛ ਨਹੀਂ ਪੜ੍ਹਿਆ ਤੁਸੀਂ 15 ਸਾਲ ਦੀ ਉਮਰ ਤੱਕ? ਨਾ, ਦਰਬਾਰ ਸਾਹਿਬ ਪੜ੍ਹਿਆ। ਦਰਬਾਰ ਸਾਹਿਬ ਪੜ੍ਹਿਆ? ਵੈਸੇ ਸਕੂਲ ਦੀ ਪੜ੍ਹਾਈ ਤੁਸੀਂ ਕਿਹੜੇ? ਸਕੂਲ ਹੈ ਹੀ ਨਹੀਂ ਤੇ ਪੜ੍ਹੀਏ ਕਿੱਥੋਂ? ਅੱਛਾ। ਤੁਹਾਨੂੰ ਦਰਬਾਰ ਸਾਹਿਬ ਦੇ ਵਿੱਚ ਹੀ ਉਹ ਪੜ੍ਹਾਉਂਦੇ ਹੁੰਦੇ ਸੀ ਪੜ੍ਹਾਈ? ਹਾਂਜੀ, ਉਹ ਗੁਰਮੁਖੀ ਉੱਥੇ ਪੜ੍ਹਾਉਂਦੇ? ਹਾਂਜੀ, ਗੁਰਮੁਖੀ ਪੜ੍ਹਾਉਂਦੇ ਸੀ। ਅੱਛਾ। ਫਿਰ ਮੁਸਲਮਾਨਾਂ ਨੇ ਮੇਰੇ ਸਾਹਮਣੇ ਹੀ ਆਪਣੇ ਮਸੀਤ ਵੀ ਬਣਾਈ। ਉਹ ਜਿਹੜੇ ਸੀਗੇ ਆਪਣੇ ਖੂਹ ਦੇ ਨੇੜੇ? ਨਾ, ਖੂਹ ਦੇ ਨੇੜੇ ਨਹੀਂ, ਪਿੰਡ ਦੇ ਵਿੱਚ। ਪਿੰਡ ਦੇ ਵਿੱਚ? ਅੱਛਾ। ਉੱਥੇ ਪਿੰਡ ਦੇ ਵਿੱਚ ਮਤਲਬ ਗੁਰਦੁਆਰਾ ਵੀ ਸੀਗਾ। ਅੱਛਾ। ਵੀ ਉਸ ਟਾਈਮ ਜਿਹੜੀ ਤੁਹਾਡੀ ਸਕੂਲੀ ਤਾਲੀਮ ਸੀ ਉਹ ਗੁਰਦੁਆਰੇ 'ਚ ਹੀ ਹੋਈ? ਹਾਂ, ਗੁਰਦੁਆਰੇ ਜੀ। ਤੇ ਤੁਹਾਡੇ ਪਿੰਡ ਛੋਟੀ ਰਾਖ ਦੇ ਵਿੱਚ ਮੁਸਲਮਾਨ ਪਰਿਵਾਰ ਵੀ ਰਹਿੰਦੇ ਸੀ ਕੋਈ? ਛੋਟ ਸਾਡੀ ਵੱਡੀ ਰਾਖ ਹੈ। ਅੱਛਾ, ਵੱਡੀ ਰਾਖ, ਸੋਰੀ। ਵੱਡੀ ਰਾਖ ਦੇ ਵਿੱਚ ਕੋਈ ਮੁਸਲਮਾਨਾਂ ਦੇ ਪਰਿਵਾਰ ਵੀ ਸੀ? ਹਾਂ ਜੀ। ਕਿੰਨੇ ਪਰਿਵਾਰ ਸੀ ਉਹਨਾਂ ਦੇ? ਆਪਣੇ 6 ਘਰ ਤਾਂ ਸੀਗੇ, ਭਾਂਡੇ ਬਣਾਉਣ ਵਾਲੇ ਘੁਮਿਆਰ ਸੀਗੇ। ਅੱਛਾ। ਫਿਰ ਆਪਣੇ ਆ ਢੋਲ ਵਜਾਉਣ ਵਾਲੇ 4 ਘਰ ਇਹ ਸੀਗੇ, ਮਰਾਸੀ ਕਹਿ ਸਕਦੇ? ਹਾਂ, ਮਰਾਸੀ ਹੁੰਦੇ ਸੀਗੇ ਜੀ। ਉਹ 4 ਘਰ ਉਹ ਸੀਗੇ, ਉਹਨਾਂ ਦੇ ਅੱਗੇ ਪਰਿਵਾਰ ਸੀਗਾ। ਆਪਣੇ 6 ਮੁੰਡੇ 1 ਦੇ ਸੀਗੇ ਤੇ 3 1 ਦੇ ਤੇ 4 1 ਦੇ। ਉਹਨਾਂ ਦੇ ਨਾਂ ਯਾਦ ਹੈ ਕਿਸੇ ਦੇ? ਹਾਂਜੀ। ਕੀ ਨਾਂ ਸੀ ਉਹਨਾਂ ਦੇ? 1 ਦਾ ਹੈ ਨਾਂ ਮੇਹਰ ਖਾਨ। ਅੱਛਾ। ਤੇ ਦੱਸਣਾ, ਜਦੋਂ 47 'ਚ ਅਸੀਂ ਆਪਸ ਵਿੱਚ ਤਿਆਰ ਹੋਏ, ਖੂਹਾਂ 'ਤੇ ਕਹਿ ਕੇ ਆਏ, ਅੱਛਾ ਜੀ, ਆਪਾਂ ਚਲੀਏ ਇੱਥੇ ਹਿੰਦੁਸਤਾਨ ਦੇ ਵਿੱਚ, ਇੱਥੇ ਮੁਸਲਮਾਨ ਵਸਣਗੇ ਤੇ ਆਪਣੀ ਹੱਦ ਜਿਹੜੀ ਹੈ ਸੁਲੇਮਾਨ ਕਾ ਹੈਡ ਰੱਖੀ ਗਈ ਹੈ ਜੀ। ਤਾਂ ਜਦੋਂ ਇਹ ਹੋਏ ਤਾਂ ਫਿਰ ਬਾਪੂ ਵੀ ਆਇਆ ਤੇ ਹੋਰ ਹੀ ਪਿੰਡ ਵਿੱਚੋਂ 4 ਕਮੋਹ ਆਏ ਜਿਹੜੇ ਕਿ ਆਪਣੇ ਦਨਯੂ ਵੀ ਆਏ ਤੇ ਉਹ ਰਲ ਕੇ ਆਏ ਬਾਬੇ ਬੁੰਮਣ ਸ਼ਾਹ ਦੇ ਇੱਥੇ ਪੁੱਛਣ ਵਾਸਤੇ। ਇਹ ਪੜ੍ਹੇ ਹੋਏ ਸੀ ਬਾਪੂ ਹੋਰਾਂ ਦਾ ਬੂਆ ਦਾ ਲੜਕਾ। ਉਸ ਟਾਈਮ ਗਰਦਾਰੀ ਲਾਲ ਹੁੰਦੇ ਸੀ ਬਾਬਾ ਜੀ? ਹਾਂਜੀ, ਗਰਦਾਰੀ ਲਾਲ ਸੀ ਨਾ? ਹਾਂਜੀ, ਗਰਦਾਰੀ ਲਾਲ ਸੀ, ਇੱਥੇ ਪੁੱਛਣ ਵਾਸਤੇ ਆਏ ਗੋਪਾਲਪੁਰ। ਹਾਂਜੀ ਜੀ। ਜਦੋਂ ਇੱਥੇ ਪੁੱਛਣ ਵਾਸਤੇ ਆਏ ਤਾਂ ਉਹਨਾਂ ਆਖਿਆ ਕਿ ਸੁਲੇਮਾਨ ਕਾ ਹੈਡ ਹੈ, ਉਸ ਤੋਂ ਆਪਣੇ ਹਿੱਸਾ ਪਾਰ ਹੈ ਜਿਹੜਾ ਕਿ ਫੈਸਲਾ ਹੋਇਆ ਹੈ। ਅੱਛਾ। ਤੇ ਇੱਧਰ ਮਤਲਬ ਹਿੰਦੂ ਚਲੇ ਜਾਣਗੇ ਤੇ ਉਸ ਤੋਂ ਅੱਗੇ ਆਪਾਂ ਮੁਸਲਮਾਨ ਉਧਰੋਂ ਮਾਈਗ੍ਰੇਟ ਹੋ ਜਾਣਗੇ। ਹਾਂ, ਉਧਰੋਂ ਹੈ
ਤੇ ਤੇ ਆਪਾਂ ਨੂੰ ਇਧਰ ਜਾਣਾ ਪੈਣਾ। ਹਾਂ ਜੀ, ਫਿਰ ਪ੍ਰੇਮ ਇਹਨਾਂ ਤੱਕ ਸੀਗਾ ਕਿ ਅਸੀਂ ਜਦੋਂ ਉੱਥੋਂ ਆਏ, ਮੈਂ ਤਾਂ ਪਸ਼ੂ ਤੋਰਨ ਵਾਲਾ ਸੀਗਾ, ਹੋਰ ਕੁਛ ਵੀ ਨਹੀਂ, ਤਾਂ ਉਸ ਸਮੇਂ ਗੱਡਾ ਵੀ ਤੱਕ ਨਹੀਂ ਸੀ, ਕੋਈ ਚੀਜ਼ ਨਹੀਂ ਸੀਗੀ। ਅੱਛਾ। ਤੇ ਖੁਰਲੀ ਹੁੰਦੀ ਸੀ ਲੱਕੜ ਦੀ, ਉਹਦੇ ਵਿੱਚ ਇਹ ਰਜਾਈਆਂ ਵਗੈਰਾ ਤੇ ਇਹ ਸਮਾਨ, ਜਿੰਨੇ ਕੁ ਸੀਗੇ ਥੋੜਾ ਬਹੁਤ ਜੋ ਹਾਂ ਥੋੜਾ ਬਹੁਤਾ ਸਮਾਨ ਲਿਆ ਹੈ ਬਾਕੀ। ਹਾਂ, ਇਹ ਇੱਕ ਕੱਚੇ ਮਕਾਨ ਹੁੰਦੇ ਸੀ ਤੇ ਉਹਨਾਂ ਨੂੰ ਤਾਲੇ ਲਾ ਕੇ ਆ ਗਿਆ ਵੀ, ਕੋਠੀਆਂ ਦਾਣੇ ਨੇ ਕੱਚੀਆਂ ਭਰੀਆਂ ਹੋਈਆਂ ਸੀਗੀਆਂ। ਫਿਰ ਆ ਕੇ ਖੋਲ ਲਾਂਗੇ। ਹਾਂ, ਫਿਰ ਆ ਕੇ ਖੋਲਾਂਗੇ, ਆਵਾਂਗੇ। ਇਹ ਸੀ ਮੋੜੀ ਆਉਣਾ। ਹਾਂ, ਇਹ ਹੋਈ ਤੇ ਫਿਰ ਨਾਲ ਇੱਕ ਮਿਰਾਸੀਆਂ ਨੂੰ ਇਹ ਵੀ ਆਖਿਆ ਤੇ ਉਹ ਹੀ ਆਪਣੇ ਇੱਕ ਪੱਲੂ ਖਾਨ ਸੀਗਾ। ਅੱਛਾ। ਤਾਂ ਉਹ ਉਹਦੇ 6 ਲੜਕੇ ਸੀਗੇ ਤੇ ਮੁੰਡੇ ਤੁਹਾਡੇ ਆਣੀ ਸੀ ਉਹ? ਹਾਂ, ਕੋਈ ਸਾਲ 2 ਸਾਲ ਅੱਗੇ। ਹਾਂ ਹਾਂ, ਅੱਗੇ ਪਿੱਛੇ ਦੇ ਹੈ ਵੀ ਉਹਨਾਂ ਦੇ ਕਿਸੇ ਨਾਂ ਯਾਦ ਹੈ ਤੁਹਾਨੂੰ ਕਦੇ? ਹਾਂ, ਪੱਲੂ ਖਾਨ ਦੱਸੇ ਜਾਣਾ, ਉਹਨਾਂ ਦੇ ਬਾਪੂ ਦਾ ਯਾਦ ਨਹੀਂ। ਅੱਛਾ। ਤੇ ਹੋਰ ਉਹ 6 ਵੀਰਾ ਸੀਗੇ, ਸਾਡੇ ਨੇੜੇ ਘਰ ਦੇ ਰਹਿੰਦੇ ਸੀਗੇ ਮੁਸਲਮਾਨ। ਬਾਬਾ ਜੀ, ਪਿੰਡਾਂ ਦੀਆਂ ਨਾ ਪੱਤੀਆਂ ਦੇ ਨਾਂ ਹੁੰਦੇ ਸੀ। ਹਾਂਜੀ, ਕੋਈ ਹੈ ਸੀ ਤੁਹਾਡੀ ਪਤੀ ਦਾ ਨਾਂ ਉਦੋਂ ਕੋਈ? ਸਾਡੇ ਦਾ ਤਾਂ ਖੂਹਾਂ ਦੇ ਨਾਂ ਹੁੰਦੇ ਸੀ, ਖੂਹਾਂ ਦੇ ਨਾਂ ਸੀਗੇ। ਤਾਂ ਸਾਡੇ ਤਾਂ ਦਾਦੇ ਦਾ ਨਾਂ ਹੀ ਸੀਗਾ ਚੱਲਦਾ, ਬੁੱਲਾ ਰਾਮ ਦਾ ਖੂਹ ਪਹਿਲਾ। ਨੰਬਰਦਾਰ ਉਦੋਂ ਕੌਣ ਸੀ ਤੁਹਾਡੇ ਪਿੰਡ ਦਾ? ਨੰਬਰ ਸੀਗਾ ਬਸ਼ੀਸ਼ਰ ਨਾਥ। ਵਿੱਚ ਤੇ ਠਟਈ ਦੋ ਜਾਤਾਂ ਸੀਗੀਆਂ ਸਾਰੇ, ਉਹ ਟਕੇ ਮੁੱਲ ਨਾਲ ਅੰਗਰੇਜ਼ਾਂ ਨੇ ਦਿੱਤਾ ਸੀ ਉਹਨਾਂ ਨੂੰ। ਅੱਛਾ। ਪਾਕਪਟਨ ਦੇ ਹੀ ਉਹ ਰਹਿਣ ਵਾਲੇ ਸੀਗੇ। ਅੱਛਾ। ਤੇ ਇਹ ਰਾਖ ਵੱਡੀ ਜਿਹੜੀ ਹੈ ਇਹਦਾ ਇਹਨਾਂ ਸੀਗਾ, ਇਹਦੇ ਨੇੜੇ ਨੇੜੇ ਵੱਡੀ ਰਾਖ ਛੋਟੀ ਰਾਖ ਦੇ ਲਾਗੇ ਬੰਨੇ ਹੋਰ ਪਿੰਡਾਂ ਦੇ ਕਿਸੇ ਦੇ ਨਾਲ? ਹਾਂਜੀ, ਇੱਕ ਤਾਂ ਛੋਟੀ ਰਾਖ ਸੀਗੀ, ਇਹ ਕਹਿੰਦੇ 19 ਨੰਬਰ ਸੀਗਾ। ਅੱਛਾ। ਤੇ ਇਧਰ ਬਟਿੰਗਾ ਸੀਗਾ, ਇਹ ਵਿੱਚ ਆਉਂਦੇ ਸੀਗੇ। ਅੱਛਾ, ਬਟਿੰਗਾ। ਇਸ ਤੋਂ ਅੱਗੇ ਫਿਰ ਉਹ ਇੱਕ ਹੋਰ ਕਿਹੜਾ, ਚਾਵਟ ਵਗੈਰਾ? ਹਾਂ, ਚਾਵਟ ਵਗੈਰਾ ਵੀ ਮੈਂ ਆਉਂਦਾ ਰਿਹਾ। ਅੱਛਾ, ਉਹਨੂੰ ਪਤਾ ਲੱਗ ਗਿਆ ਪਾਰਟੀਸ਼ਨ ਹੋ ਗਈ। ਹਾਂ, ਪਾਰਟੀਸ਼ਨ ਹੋਈ। ਤੁਸੀਂ ਇਹ ਜਿਵੇਂ 15 ਅਗਸਤ 1947 ਨੂੰ ਇਹ ਐਲਾਨ ਹੋ ਗਿਆ ਸੀ, ਹਾਂਜੀ, ਤੇ ਤੁਸੀਂ 47 ਤੇ ਕਿੰਨੇ ਦਿਨਾਂ ਬਾਅਦ ਆਏ ਹੋ ਤੁਸੀਂ? ਇਹ ਹਿਲਜੁਲ ਕਦੋਂ ਹੁੰਦੀ ਹੈ ਇੱਥੇ? ਜਦੋਂ ਐਲਾਨ ਇੱਥੇ ਆਪਣੇ ਅੰਮ੍ਰਿਤਸਰ ਮੀਟਿੰਗ ਹੋਈ ਹੈ ਨਾ। ਅੱਛਾ ਜੀ। ਤਾਂ ਉਸ ਤੋਂ ਅਸੀਂ 32 ਦਿਨਾਂ ਕਿ 33 ਦਿਨਾਂ ਬਾਅਦ ਆਏ ਹਾਂ। ਉਸ ਵਕਤ ਤੁਹਾਡੇ ਪਿੰਡ ਦਾ ਮਾਹੌਲ ਕਿਹੋ ਜਿਹਾ ਰਿਹਾ ਇੰਨੇ ਦਿਨਾਂ ਤੱਕ? 1 ਮਹੀਨਾ ਕਰੀਬ, 1 ਮਹੀਨੇ ਬਾਅਦ ਆਏ ਹੋ? ਸਾਡਾ ਮਾਹੌਲ ਜਰਾ ਨਹੀਂ ਵਿਗੜਿਆ, ਬਾਹਰੋਂ ਆ ਕੇ ਪੁੱਛਦੇ ਸੀਗੇ ਬਈ, ਸਾਡੇ ਸੀਗੇ ਤੁਰਨ ਫਿਰਨ ਵਾਲੇ ਤੇ ਦਰਬਾਰ ਸਾਹਿਬ ਦੇ ਪੜੇ ਹੋਏ ਤੇ ਏਕਾ ਰੱਖਦੇ ਸੀਗੇ। ਤਾਂ ਇਸ ਆ ਕੇ ਪੁੱਛਦੇ ਸੀਗੇ ਕਿ ਬਈ ਤੁਸੀਂ ਇੱਥੇ ਮੁਸਲਮਾਨ ਤੁਹਾਨੂੰ ਤੰਗ ਕਰਨ ਤਾਂ ਤੁਸੀਂ ਉਹਨਾਂ ਨੂੰ ਮਾਰੋਗੇ। ਉਹ ਆਖਣ ਲੱਗੇ ਉਹ ਸਾਨੂੰ ਜਦੋਂ ਗੁਰੂ ਮੰਨਦੇ ਤੇ ਉਹ ਸਾਡੇ ਵਿਰਾਰ ਹੈ, ਸਾਡਾ ਇੱਕੋ ਖੂਨ ਹੈ, ਸਾਡੇ ਪਿਆਰ ਹੈ। ਨਹੀਂ, ਐ ਹੁੰਦਾ ਸੀ ਪਿੰਡ ਦੇ ਲੋਕ ਤਾਂ ਆਪਸ ਵਿੱਚ ਇਕੱਠੇ ਰਹੇ ਨੇ। ਹਾਂਜੀ। ਪਰ ਜਦੋਂ ਕੋਈ ਕਾਫਲੇ ਜਿੰਨੇ ਵੀ ਮਾਰਨ ਪਏ ਨੇ ਨਾ, ਪਾਸੇ ਵਾਲੇ ਪੈਂਦੇ ਸੀਗੇ। ਹਾਂਜੀ, ਜਦੋਂ ਪਾਸੇ ਵਾਲੇ ਵੀ ਉਧਰ ਚਾਹੇ, ਹਾਂ ਪਾਸੇ ਵਾਲੇ ਵੀ ਹੈ। ਉਹ ਪਾਸੇ ਵਾਲੇ ਅੱਗੇ ਵੀ ਤੁਹਾਨੂੰ ਕਿਹਾ ਵੀ ਪੱਲੂ ਰਾਮ ਜਿਹੜਾ ਹੈ ਨਾ, ਉਹ ਤੇ ਉਹਦੀ ਮਾਂ ਤੇ ਮਤਲਬ ਉਹਦੇ ਜਿਹੜੇ ਹੋਰ ਵੀ ਵਿਰਾਹ ਵਿਆਹ ਹੋਏ ਸੀ ਉਹ ਸਾਰੇ ਆਏ ਤੇ ਅੱਗੋਂ ਮਤਲਬ ਇਹ ਆਪਦੇ ਇੱਥੇ ਸਿਰਫ ਕਹਿੰਦੇ ਕਿ ਤੁਸੀਂ ਸੋਟਾ ਹੀ ਨਾ ਫੜੋ, ਅਸੀਂ ਆਪੇ ਮਤਲਬ ਕਰ ਲਾਂਗੇ, ਪਿੰਡ ਨੂੰ ਸੰਭਾਲਾਂਗੇ। ਬੜੇ ਹਮਾਇਤੀ ਸੀਗੇ। ਉਹ ਛੱਡ ਕੇ ਤੇ ਇੱਕ ਨੇ ਢੋਲ ਵਜਾਇਆ, ਮਤਲਬ ਉਹ ਉਸ ਸਾਡੇ ਪਿੰਡ ਦੇ ਨੇ, ਉਹ ਸਾਖਾ ਬਾਹਰ ਦੇ ਬੰਦੇ ਨੂੰ ਮਤਲਬ ਆਵੇ ਤਾਂ ਇੱਥੋਂ ਲੰਘ ਕੇ ਜਾਵੇ, ਉਹਨੂੰ ਆਪਾਂ ਵੇਖੀਏ ਬਈ ਕੋਈ ਉਹਦੇ 'ਚ ਕੋਈ ਚੀਜ਼ ਨਾ ਹੋਵੇ। ਅੱਛਾ। ਇਸ ਦਾ ਵੀ ਡਰ ਪੈ ਗਿਆ ਬਈ ਹੋ ਸਕਦਾ ਕਿ ਸਾਡੇ ਮਤਲਬ ਮੁਸਲਮਾਨ ਵੀ ਹੈਗੇ ਨੇ, ਤੇ ਮਤਲਬ ਇਹ ਘਰ ਰੱਖੋ ਤੁਸੀਂ, ਤੇ ਇਹ ਘਰ ਰੱਖ ਕੇ ਤੁਹਾਡੀ ਉਹਨਾਂ ਨੇ ਜਿੰਨੀ ਜੋ ਕਿ ਸੀ ਉਹ ਸਪੋਰਟ ਕੀਤੀ, ਪੂਰੀ ਮੁਸਲਮਾਨਾਂ ਸਪੋਰਟ ਕੀਤੀ ਹੈ ਜੀ। 6 ਘਰ ਇਹੋ ਜਿਹੇ ਹੈ ਜਿਹੜੇ ਕਿ ਸਾਨੂੰ ਇੱਥੇ ਹੈ ਲੰਘਾ ਕੇ ਤੇ ਮਿਲ ਕੇ ਤੇ ਰੋ ਕੇ ਚਲੇ ਗਏ, ਇੰਨਾ ਤੱਕ ਪਿਆਰ ਸੀਗਾ। ਅੱਛਾ। ਮਤਲਬ ਬਜ਼ੁਰਗਾਂ ਨੂੰ ਪਤਾ ਕਿਵੇਂ ਲੱਗਾ ਸੀਗਾ ਵੀ ਹੁਣ ਇੱਥੇ ਛੱਡਣਾ ਹੀ ਪੈਣਾ? ਉਹ ਛੱਡਣਾ ਇਹ ਪੈਣਾ ਜਿਹੜਾ ਫੈਸਲਾ ਅੰਮ੍ਰਿਤਸਰ ਹੋਇਆ ਸੀ ਨਾ। ਹਾਂਜੀ, ਉਹਦੇ ਤਹਿਤ ਉਹਦੇ ਐਲਾਨ ਹੋ ਗਿਆ ਸੀ। ਉਹਦੇ ਵਿੱਚ 2 ਪਿੰਡ ਸਾਡੇ ਦੇ ਵੀ ਗਏ ਹੋਏ ਸੀਗੇ। ਅੱਛਾ। 2 ਬੰਦੇ ਸਾਡੇ ਪਿੰਡ ਦੇ ਇੱਥੇ ਪੜੇ ਹੋ ਕਿ ਨਹੀਂ? ਮੈਂ ਪੜਿਆ ਸੀਗਾ ਪਰ ਭੁੱਲ ਗਿਆ ਛੇਤੀ, ਮਤਲਬ ਫਿਰ। ਅੱਛਾ, ਜਦੋਂ ਤੁਸੀਂ ਚੱਲਦੇ ਹੋ ਉੱਥੋਂ, ਹਾਂਜੀ, ਉਸ ਵਕਤ ਕਿੱਦਾਂ ਦੇ ਹਾਲਾਤ ਸੀਗੇ ਵੀ? ਰਾਤ ਨੂੰ ਚੱਲੇ, ਦਿਨੇ ਚੱਲੇ, ਜਾਂ ਕਿੰਨੇ ਕੁ ਲੋਕ ਇਕੱਠੇ ਹੋ ਕੇ ਚੱਲੇ? ਅਸੀਂ ਜੀ ਸਵੇਰ ਨਾਲ ਤਕਰੀਬਨ 6 ਵਜੇ ਕੋਲ ਚੱਲੇ ਹਾਂ। ਪਿੰਡ ਦੇ ਵਿੱਚ ਆਖਿਆ ਪਹਿਲਾਂ ਸਾਰਿਆਂ ਨੂੰ ਬਈ ਆਪਾਂ ਇੱਥੋਂ ਹੁਣ ਚਲੇ ਜਾਣਾ ਹੈ। ਤਾਂ ਇੱਕ ਹੋਰ ਦੰਜੂ ਸੀਗਾ, ਉਹ ਕਹਿਣ ਲੱਗਾ ਕਿ ਯਾਰ ਮੇਰੇ ਤਾਂ ਮਤਲਬ ਪੈਸੇ ਪੂਰੇ ਹੋਏ, ਕੁਝੇ ਉਸ ਵੱਡੇ ਵੱਡੇ ਕੁਝੇ ਹੁੰਦੇ ਆ ਤੇ ਉਹਦੇ ਵਿੱਚ ਚਾਂਦੀ ਦੇ ਰੁਪਈਏ ਹੁੰਦੇ ਆ, ਉਹ ਚਾਂਦੀ ਦੇ ਰੁਪਈਏ ਉਹਨੇ ਵਿੱਚ ਮਤਲਬ ਪਾਏ ਤੇ 2 ਕੁਝੇ ਲਿਆਂਦੇ। ਅੱਛਾ ਜੀ। ਫਿਰ ਲਿਆਂਦੇ ਤੇ ਕਮਰੇ ਕੱਚੇ ਹੁੰਦੇ ਸੀਗੇ,
ਇੱਕ ਤਾਂ ਕਮਰੇ ਦੇ ਵਿੱਚ ਪੂਰ ਦਿੱਤਾ ਤੇ ਦੂਜਾ ਜਿਹੜਾ ਹੈ ਉਹ ਚਾਟੀ ਨੂੰ ਮਤਲਬ ਇੱਕੇ ਤੋਂ ਜਾਇਆ ਨਹੀਂ ਜਾਂਦਾ, ਦੋ ਮੁਸਲਮਾਨੀਆਂ ਲੈ ਕੇ ਨਾ ਉਹ ਦੂਜੇ ਤੱਕੂ ਰਾਖੀ ਕਰਦੇ ਪਏ ਨੇ ਸਾਡੇ ਪਿੰਡ ਦੀ, ਬਈ ਬਾਹਰੋਂ ਅਸੀਂ ਕੋਈ ਨਹੀਂ ਆਉਣ ਦੇਣਾ, ਤੇ ਉਹ ਲੈ ਕੇ ਤੇ ਉਹਨੂੰ ਚਵਾਇਆ। ਜਦੋਂ ਚਵਾਇਆ ਤੇ ਇਹ ਹੋਇਆ ਚਾਂਸ ਮਸੀਦ ਦੇ ਕੋਲ, ਮੈਂ ਵੀ ਵੇਖਦਾ ਪਿਆ ਉਸ ਵੇਲੇ ਕਿ ਉਹਨਾਂ ਨੇ ਇੱਕਦਮ ਮਤਲਬ ਅਸੀਂ ਸੋਟਾ ਮਾਰਿਆ ਤੇ ਪਹਿਲਾਂ ਤਾਂ ਕੁੱਜਾ ਤੋੜ ਦਿੱਤਾ, ਮੁਸਲਮਾਨ ਹੀ ਸੀਗਾ ਕੋਈ ਪਾਸੇ ਦਾ ਆਇਆ ਹੋਇਆ, ਬਈ ਮੇਰੇ ਕੋਲ ਕੁਛ ਨੀ ਤੇ ਪਿੰਡ ਦੇ ਵਿੱਚੋਂ ਹੀ ਉਹਨਾਂ ਨੇ ਸੋਟਾ ਚੁੱਕਿਆ ਲੱਕੜ ਦਾ ਤੇ ਉਹ ਕੁੱਜਾ ਮੈਂ ਜਾ ਕੇ ਤੇ ਇਕਦਮ ਵੱਜਿਆ ਖੂਹ ਤੇ, ਮੈਂ ਜਾ ਕੇ ਤਾਇਆ ਨੂੰ ਆਖਿਆ, ਮੈਂ ਕਿਹਾ ਤਾਇਆ ਤਾਂ ਮਤਲਬ ਆਇਆ ਗੱਲ ਹੋ ਗਈ, ਮਤਲਬ ਕੁੱਜਾ ਹੈ ਤੇ ਫਲਾਣਾ ਹੈ ਤੇ ਉਹ ਹੈ ਤੇ ਫਿਰ ਉਹਨੂੰ ਮਤਲਬ ਮੁੱਲਾ ਇਕਦਮ ਮਸੀਦ ਦਾ ਬੂਹਾ ਹੀ ਬੰਦ ਕਰ ਦਿੱਤਾ, ਮਤਲਬ ਬਈ ਕਿਤੇ ਮੈਨੂੰ ਹੀ ਨਾ ਇਹ ਤਾਂ ਨੁਕਸਾਨ ਹੋ ਜਾਵੇ। ਉਹਨੇ ਬੂਹਾ ਬੰਦ ਕਰਤਾ, ਮੈਂ ਉਹਦੇ ਪਿੱਛਾ ਖੂਹ ਤੇ ਵੱਜ ਗਿਆ, ਵੱਜ ਗਿਆ ਤੇ ਜਦੋਂ ਇਹ ਗੱਲ ਆਖੀ ਤਾਂ ਉਹ ਆਖਣ ਲੱਗੇ ਕਿ ਠੀਕ ਹੈ ਤੁਸੀਂ ਉੱਥੋਂ ਨਾ ਲੰਘੋ, ਲਾਂਭੇ ਲੰਘੋ, ਉਹ ਬੰਦਾ ਮਰਿਆ ਹੈ, ਇੱਕੋ ਮਰਿਆ ਸਿਰਫ ਉਹ ਹੋਈ ਬੁੱਢਾ ਬੰਦਾ ਜਿਹੜਾ ਕਿ ਉਹ ਕੁੱਜੀ ਵਾਲਾ। ਪਿੰਡੋਂ ਨਿਕਲਣ ਤੋਂ ਬਾਅਦ ਹਾਂਜੀ ਹੈਡ ਸੁਲੇਮਾਨ ਤੱਕ ਹਾਂਜੀ ਇਹ ਸਫ਼ਰ ਜਿਹੜਾ ਸੀ ਨਾ ਤੁਹਾਡਾ, ਸਾਰੇ ਉਧਰਲੇ ਕਾਫਲੇ ਜਿੰਨੇ ਵੀ ਆਏ ਨੇ, ਬਿਲਕੁਲ ਕਰੂਸ਼ਲ ਜਿਹਾ ਸਫ਼ਰ ਸੀ, ਬੜਾ ਖਤਰਿਆਂ ਵਾਲਾ ਸਫ਼ਰ ਸੀ। ਖਤਰੇ ਰਸਤੇ 'ਚ ਤੁਸੀਂ ਕੀ ਦੇਖਦੇ ਆਏ ਹੋ? ਖਤਰੇ 'ਚ ਅਸੀਂ ਤੇ ਇਹ ਹੈ ਕਿ ਬਈ ਤੁਸੀਂ ਆ ਜਾਓ ਤੇ ਜਿਹੜਾ ਖੜਾ ਹੈ ਨਾ ਰਸਤੇ ਤੋਂ ਜਾਂ ਤਾਂ ਦੂਰ ਹੋ ਜਾਓ, ਆਖਣ ਮਤਲਬ ਕੁਛ ਇਧਰੋਂ ਉਧਰੋਂ ਸੀਗੇ ਕਿਰਪਾਨਾਂ ਇੱਥੋਂ ਮੁਕਤਸਰ ਤੋਂ ਲੈ ਗਏ ਸੀਗੇ ਬਸ ਪਹਿਲਾਂ, ਉਹ ਵੀ ਜਥੇ ਦੀ ਸੁਰੱਖਿਆ ਵਾਸਤੇ, ਰੱਖਿਆ ਵਾਸਤੇ ਉਹ ਸਾਡੇ ਹੀ ਮਤਲਬ ਐਂ ਤਾਂ ਚਾਰ ਕਿਰਪਾਨਾਂ ਸਾ ਗੁਰਦੁਆਰੇ ਵੀ ਰੱਖੇ ਹੋਏ ਸੀ ਕੋਈ ਨੁਕਸਾਨ ਨਾ ਹੋਵੇ ਕਿਸੇ ਗੁਰਦੁਆਰੇ ਸਾਡੇ ਦਾ। ਉਸ ਵਕਤ ਦਾ ਹਥਿਆਰ ਤਲਵਾਰਾਂ ਹੀ ਸੀ, ਤਲਵਾਰ ਤਲਵਾਰ ਉੱਤੇ ਹੈ ਕੁਝ ਨਹੀਂ ਸੀਗਾ। ਅੱਛਾ ਤੇ ਤੁਹਾਡੇ ਕਾਫਲੇ ਦੇ ਨਾਲ ਜਿਹੜੇ ਤੁਸੀਂ ਸੁਰੱਖਿਆ ਵਾਸਤੇ ਰੱਖੇ ਆਪਦੇ ਉਹਦੇ ਬੰਦੇ ਲਿਆਂਦੇ ਸੀ ਜਾਂ ਕੋਈ ਉੱਥੋਂ ਦੇ ਮੁਸਲਮਾਨ ਵੀ ਤੁਹਾਨੂੰ ਛੱਡਣ ਤੁਰੇ ਸੀ? ਮੁਸਲਮਾਨ ਇਹਨਾਂ ਤੱਕ ਆਏ, ਆ ਸੁਲੇਮਾਨ ਹੈਡ ਤੱਕ ਪਿੰਡ ਦੇ ਪਿੰਡ ਵਾਲੇ। ਹਾਂ ਆਖੇ ਹੁਣ ਅਸੀਂ ਜਾ ਕੇ ਤੇ ਆਪਦੇ ਬੱਚੇ ਬੱਚੇ ਛੋਟਿਆਂ ਨੂੰ ਪਿੱਛੇ ਛੱਡਿਆ, ਅਸੀਂ ਜਾ ਕੇ ਉਹਨਾਂ ਨੂੰ ਸੰਭਾਲਾਂਗੇ, ਤੁਹਾਨੂੰ ਛੱਡਣ ਇੱਥੋਂ ਤੱਕ ਛੱਡਣ। ਉਹਦੇ ਕੋਲ ਲੜਕਾ ਸੀਗਾ ਤੇ ਉਹ ਆਪਣੇ ਹਿੰਦੂ ਨੇ ਚੁੱਕ ਲਿਆ ਜਿਹਦੇ ਕੋਲ ਨਹੀਂ ਸੀਗਾ, ਤੇ ਇਸ ਤਰ੍ਹਾਂ ਫਿਰ ਮੈਂ ਉਹਦਾ ਹੱਥ ਮੂੰਹ ਪੂਜਦਾ ਪਿਆ, ਮੇਰੇ ਚ ਪਿਆਰ ਇੰਨਾ ਸੀਗਾ ਉਹ ਬੱਚੇ ਦਾ। ਹਾਂ ਨਹੀਂ ਆਪਣੇ ਉਸ ਬੁੜੀ ਦਾ ਖੂਨ ਵਹਿੰਦਾ ਪਿਆ ਸੀਗਾ, ਮੈਂ ਬੁੜੀ ਦਾ ਖੂਨ, ਮੈਂ ਕਿਹਾ ਇਹ ਕੀ ਹੋ ਗਿਆ ਤੇ ਇਹਨੂੰ ਤਾਇਆ ਆਇਆ ਤੇ ਉਸ ਮੈਨੂੰ ਇੱਥੇ ਜੱਫੀ ਪਾ ਲਈ, ਉਹ ਪੁੱਤਰਾ ਤੂੰ ਕਿਤੇ ਆ ਗਿਆ ਚੱਲ ਪਿੱਛਾ ਨੂੰ, ਤੈਨੂੰ ਨਾ ਮਾਰ, ਹਾਂ ਤੈਨੂੰ ਹੀ ਨਾ ਮਾਰ ਦੇਣ। ਤਾਂ ਫਿਰ ਕਿੰਨੇ ਸੀ ਸਰਦਾਰਾਂ ਦਾ, ਸਿੱਖਾਂ ਦਾ ਟੋਲਾ ਕਿੱਡਾ ਕੁ ਸੀ? ਸਿੱਖਾਂ ਦਾ ਤਾਂ ਮਤਲਬ ਬਹੁਤ ਸੀ, ਰੋਲਾ ਪਿਆ ਖੜਾ ਤੇ ਉਦੋਂ ਜੰਗਲ ਜਾਏ ਇੱਥੇ ਸੀਗਾ, ਬੂਟੇ ਬੂਟੇ ਸੀਗੇ ਸਾਰਾ ਜੰਗਲ ਹੀ ਸੀਗਾ, ਤੇ ਮੈਂ ਤਾਂ ਵੇਖਦਾ ਹੋਇਆ ਤੇ ਇੱਕਦਮ ਤਾਇਆ ਮੈਨੂੰ ਲੈ ਗਿਆ, ਕਹਿਣ ਲੱਗਾ ਨਾ ਪੁੱਤਰ, ਮੈਨੂੰ ਬੱਚੂ ਸੱਦੇ ਸੀ, ਬੱਚੂ ਚੱਲ ਪਿੱਛਾ ਤੂੰ, ਤੂੰ ਅੱਗੇ ਹੀ ਘਰੇ। ਪੂਰੇ ਸਫ਼ਰ ਦੌਰਾਨ ਤੁਸੀਂ ਇਹ ਫਾਜ਼ਿਲਕਾ ਆ ਕੇ ਇਹ ਚੀਜ਼ ਦਾ ਵਾਕਿਆ ਵੇਖਿਆ? ਇਹ ਵਾਕਿਆ ਵੇਖਿਆ ਬਈ। ਤੁਸੀਂ ਇੱਥੇ ਹੈਡ ਸੁਲੇਮਾਨ ਤੱਕ ਪਿੰਡੋਂ ਚੱਲ ਕੇ ਕਿੰਨੇ ਦਿਨ ਪਹੁੰਚੇ ਸੀ? ਅਸੀਂ ਸਹੀ ਦਿਹਾੜੀ ਪਹੁੰਚ ਗਏ, ਸਹੀ ਦਿਹਾੜੀ ਪਹੁੰਚ, ਸਹੀ ਦਿਹਾੜੀ, ਰੁਕਾ ਹੀ ਕੋਈ ਨਹੀਂ ਹੈ ਕੋਈ। ਤੇ ਰਾਹ ਦੇ ਵਿੱਚ ਤੁਸੀਂ ਜਿਹੜੇ ਇਧਰੋਂ ਲੋਕ ਜਾਂਦੇ ਵੀ ਤੁਹਾਨੂੰ ਮਿਲੇ ਹੋਣਗੇ ਬਥੇਰੇ? ਇੱਕ ਥਾਂ ਤੇ ਉਹ ਆਇਸ ਪਾਸੋਂ ਲੰਘਦੇ ਗਏ ਨੇ, ਅਸੀਂ ਦੂਜੇ ਪਾਸੋਂ। ਕੋਈ ਉਦੋਂ ਫੋਰਸ ਦਾ ਇੰਤਜ਼ਾਮ ਹੈਗਾ ਸੀ ਵੀ ਜਿਹੜਾ ਤੁਹਾਨੂੰ ਵੰਡ ਕੇ ਟਪਾਈ ਜਾਵੇ? ਹਾਂਜੀ ਤੁਸੀਂ ਇੱਧਰ ਤੁਸੀਂ ਇੱਧਰ, ਨਹੀਂ ਉਹ ਆਪਣੀ 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 ਫੋਰਸ ਜਿਹੜੀ ਹੈ ਉਹ ਤਿਆਰ ਮਤਲਬ ਇਸ ਤਰ੍ਹਾਂ ਕਰਦੇ ਰਹੇ ਨੇ। ਅੱਛਾ ਤਾਂ ਪਰ ਆਖਿਆ ਨਹੀਂ ਕਿਸੇ ਨੂੰ, ਇਦੋਂ ਅੱਜ ਵਾਰਤਾ ਨਹੀਂ ਕੀਤੀ। ਅੱਛਾ ਉਹ ਮੁਸਲਿਮ ਫੌਜ ਵੀ ਸੀ, ਇੰਡੀਆ ਦੀ ਫੌਜ ਵੀ ਸੀ, ਸਾਰੀ ਸੀ ਜੀ, ਮੁਸਲਮਾਨਾਂ ਦੀ ਵੀ ਸੀ ਤੇ ਆਪਣੀ ਵੀ ਸੀਗੀ। ਬਾਕੀ ਆਰਾਮ, ਜਦੋਂ ਤੁਸੀਂ ਫਾਜ਼ਿਲਕਾ ਚ ਆਏ ਹੋ ਹਾਂਜੀ, ਉਦੋਂ ਤੱਕ ਫਾਜ਼ਿਲਕਾ, ਕਿਉਂਕਿ ਫਾਜ਼ਿਲਕਾ ਮੁਸਲਮਾਨਾਂ ਦਾ ਸ਼ਹਿਰ ਸੀ ਹਾਂਜੀ, ਇਹ ਖਾਲੀ ਹੋ ਚੁੱਕਾ ਸੀ ਤਕਰੀਬ, ਮੁਸਲਮਾਨ ਜਾ ਚੁੱਕੇ ਸੀ ਇੱਥੋਂ, ਇੱਥੋਂ ਤੇ ਜਾ ਚੁੱਕੇ ਸੀਗੇ। ਤੁਸੀਂ ਫਾਜ਼ਿਲਕਾ ਤੋਂ ਬਾਅਦ ਫਿਰ ਕਿੱਥੇ ਗਏ, ਕਿਹੜੇ ਪਿੰਡ ਗਏ ਹੋ? ਫਾਜ਼ਿਲਕਾ ਤੋਂ ਬਾਅਦ ਅਸੀਂ ਗਏ ਗੁਰੂਹਰ ਸਾਹਿਬ ਕੋਲ, ਪਿੰਡ ਹੈ ਤਲਿਆਂ ਵਾਲੀ। ਅੱਛਾ ਅਸੀਂ ਤਲਿਆਂ ਵਾਲੀ ਗਏ ਤਾਂ ਜਦੋਂ ਰਾਤ ਪਈ ਤਾਂ ਅਸੀਂ ਸੁੱਤੇ ਪਏ ਸੀਗੇ, ਉਹਨਾਂ ਨੇ ਉਸ ਵੇਲੇ ਰਿਵਾਜ਼ ਹੀ ਇਹੋ ਜਿਹਾ ਸੀਗਾ ਕਿ ਇਹ ਪੈਸੇ ਜਿਹੜੇ ਨੇ ਚਾਟੀਆਂ ਦੇ ਵਿੱਚ। ਰਾਤ ਨੂੰ ਆਏ ਤੇ ਜਦੋਂ ਆਏ ਤਾਂ ਮੈਂ ਆਪਣੇ ਮਤਲਬ ਬਾਪੂ ਤਾਂ ਆਉਂਦਾ ਤੂੰ ਹੱਲੀ ਨਾ, ਤਾਂ ਮੈਂ ਤਾਏ ਨੂੰ ਆਖਿਆ, ਮੈਂ ਆਖਿਆ ਤਾਇਆ, ਆਖੇ ਹਾਂ, ਆਖੇ ਮੈਂ ਆਖਿਆ ਇੱਥੇ ਦੋ ਬੰਦੇ ਲੰਘੇ ਹੀ, ਨੀਂਦਰ ਨਹੀਂ ਆਉਂਦੀ ਸੀ ਉਦੋਂ, ਕਈ ਦਿਨ ਨੀਂਦਰ ਨਹੀਂ ਆਈ। ਅੱਛਾ ਇਹ ਗੁਰੂ ਸਾਹਿਬ ਦਾ ਵਾਕਿਆ ਹੈ? ਹਾਂਜੀ ਇਹ ਤਲਿਆਂ ਵਾਲੀ ਦਾ ਵਾਕਿਆ ਹੈ। ਅੱਛਾ ਵੀ ਤੁਸੀਂ ਉੱਥੇ ਕਿਸੇ ਖਾਲੀ ਪਏ ਮਕਾਨਾਂ 'ਚ ਰਹਿਣ ਲੱਗ ਗਏ ਜਾ ਕੇ? ਉਹਨਾਂ ਦੇ ਮੁਸਲਮਾਨ ਚਲੇ ਗਏ ਸੀ ਉੱਥੋਂ, ਮਕਾਨ ਖਾਲੀ ਪਏ ਸੀ, ਉਹ ਖਾਲੀ ਪਏ ਸੀ ਤੇ ਅਸੀਂ ਉਹਨਾਂ ਜਦੋਂ ਰਹੇ ਜਿਵੇਂ ਜਿਵੇਂ ਤੁਹਾਨੂੰ ਇਸੇ ਆਏ ਵੰਡ ਲਏ ਆਪੋ ਆਪਣੀ ਮਰਜ਼ੀ ਨਾਲ। ਹਾਂਜੀ ਮਕਾਨ ਕੱਚੇ ਹੀ ਸਾਨੂੰ ਵੀ? ਹਾਂ ਕੱਚੇ, ਤੇ ਜਿਹੜੇ ਛੱਡ ਕੇ ਆਏ ਸੀ ਉਹ ਵੀ ਕੱਚੇ? ਉਹ ਵੀ ਕੱਚੇ। ਜਦੋਂ ਉਹਨਾਂ ਨੂੰ ਮਤਲਬ ਉਹ ਦੋ ਲੰਘੇ
ਤਾਂ ਮੈਂ ਆਖਿਆ ਕਿ ਉਹ ਆਪਣੇ ਇਸ ਤਰ੍ਹਾਂ ਦਾ ਮਤਲਬ ਆਏ ਨੇ, ਅਗਾਂਹ ਜਾ ਕੇ ਵੇਖਿਆ ਤਾਂ ਹਾਂਜੀ ਉਹ ਵੀ ਇੱਕ ਨਿੰਮ ਹੋਵੇ, ਨਿੰਮ ਦੇ ਮੁੱਢੋਂ ਉਹ ਇੱਕ ਦੋ ਜਣੇ ਦਾ ਖੋਤਰੀ ਜਾਵਣ, ਤੇ ਅਸੀਂ ਦੋ ਵੇਖੇ ਮੈਂ ਤਾਂ, ਤੇ ਉਹ ਹੋਰ ਹੀ ਅੱਗੇ ਲੱਗੇ ਖੜੇ ਮਤਲਬ ਹੋਰਨਾਂ ਐਕਚੁਅਲੀ ਘਰਾਂ 'ਚ। ਉਹ ਤੁਹਾਡੇ ਹਿਸਾਬ ਨਾਲ ਵੀ ਉਹ ਮੁਸਲਮਾਨ ਸੀ ਜਿਹੜੇ ਉੱਠ ਕੇ ਗਏ ਸੀ, ਹਾਂ ਉਹ ਹੋ ਸਕਦਾ ਬਾਅਦ 'ਚ ਆਪਦੇ ਪੈਸੇ ਪੂਸੇ ਕੱਢਣ ਆਏ ਹੋਣ। ਪੈਸੇ ਕੱਢਣ ਆਏ ਫਿਰ ਨਹੀਂ, ਸਾਡਿਆਂ ਨੇ ਰੋਕ ਲਿਆ ਉਹਨਾਂ ਨੂੰ, ਚਾਰ ਚਾਰ ਜਣੇ ਚਾਟੀਆਂ ਸੀਗੀਆਂ ਉਹਨਾਂ ਕੋਲ, ਉਹਨਾਂ ਨੂੰ ਰੋਕਿਆ, ਬਈ ਠੀਕ ਹੈ ਅਸੀਂ ਆਪਦੇ ਛੱਡਿਆ, ਤੁਸੀਂ ਆਪਦੇ ਕਮਾਈਏ ਤੇ ਲੈ ਕੇ ਜਾਓ, ਲੈ ਜਾਓ ਤੇ ਅਸੀਂ ਆਪਦਾ ਪਿੰਡ ਹੱਦ ਤੁਹਾਡੀ ਲੰਘਾ ਕੇ ਆਵਾਂਗੇ। ਅੱਛਾ, ਫਿਰ ਫਿਰ ਇੱਕ ਹੋਰ ਰਜਵਾਇਆ ਜਾ ਉੱਥੇ ਹੈ ਅੱਛਾ ਕਲਿਆਣੀ ਕੋਲ, ਤੇ ਉਹ ਰਜਵਾਇਆ, ਸਾਡੇ 6 ਬੰਦੇ ਗਏ ਉਹਨਾਂ ਨੂੰ ਉਹਨਾਂ ਉਹਨਾਂ ਨੂੰ ਪਾਰ ਪਾਰ ਮਤਲਬ ਆਖਿਆ ਜਾਓ ਤੁਸੀਂ ਹੁਣ ਹਿੱਸਾ ਰੱਖਣਾ। ਅੱਛਾ, ਇੱਥੋਂ ਫਿਰ ਤੱਲੇ ਵਾਲੀ ਤੋਂ ਬਾਅਦ ਤੱਲਿਆ, ਕਿਹੜਾ ਸਫ਼ਰ? ਹਾਂ ਤੱਲਿਆ ਵਾਲੀ ਤੋਂ ਬਾਅਦ ਇੱਥੋਂ ਤੁਰੇ ਤੇ ਗਏ ਬਠਿੰਡੇ। ਅੱਛਾ, ਬਠਿੰਡੇ ਨਾਲ ਉਸ ਸਮੇਂ ਇੱਕ ਪਿੰਡ ਪਿੰਡ ਸੀਗਾ, ਤੇ ਅਸੀਂ ਵਿਚਕਾਰ ਉਹਨਾਂ ਦੇ ਬਹਿ ਗਏ, ਤਾਂ ਆਪਣੇ ਉੱਥੇ ਜਾ ਕੇ ਤੇ ਆਪਣੇ ਇੱਕਦਮ ਇਧਰੋਂ ਅਗਾਂਹ ਇੱਕ ਪਿੰਡ ਗਏ ਐਵੇਂ ਤੁਰਨ ਵਾਸਤੇ, ਬਈ ਖਾਲੀ ਹੈ ਤੇ ਇੱਥੇ ਆਪਾਂ ਚੱਲੇ ਚੱਲੀਏ, ਤੇ ਜਦੋਂ ਉੱਥੇ ਗਏ ਤਾਂ ਉੱਥੇ ਅੱਗੋਂ ਬਾਂਗਾ ਦਿੱਤੀ ਜਾਵਣ, ਮੁਸਲਮਾਨ ਹਾਂ ਮੁਸਲਮਾਨ ਅਜੇ ਬੈਠੇ ਸੀ ਉੱਥੇ ਬੈਠੇ ਸੀਗੇ। ਅੱਛਾ, ਆਪਾਂ ਫਿਰ ਇਹ ਪਤਾ ਕੀਤਾ ਕਿ ਠੀਕ ਹੈ ਤੁਹਾਡੇ ਹੋਰ ਮੁਸਲਮਾਨ ਹੋਣ, ਪਿੰਡ ਤੋਂ ਪਤਾ ਕੀਤਾ ਕਿ ਕਿਹੜੇ ਪਿੰਡ 'ਚ ਸਾਰਾ ਖਾਲੀ ਹੋ ਸਕਦਾ ਹੈ, ਭਈ ਜਿੱਥੇ ਸਾਰੇ ਮੁਸਲਮਾਨ ਹਨ ਉਹ ਖਾਲੀ ਹੋਵੇਗਾ। ਤਾਂ ਫਿਰ ਅਸੀਂ ਇੱਥੇ ਬੁੱਕਣ ਵਾਲਾ ਪਿੰਡ ਹੈ ਫਿਰੋਜ਼ਪੁਰ ਸੂਰੇ, ਤਾਂ ਉੱਥੇ ਆਇਆ। ਇਹ ਹੁਣ ਤੱਕ ਦੇ ਸਭ ਤੋਂ ਵੱਡੇ ਉਜਾੜਿਆਂ ਵਿੱਚੋਂ ਇੱਕ ਸੀ। ਪੰਦਰਾਂ ਅਗਸਤ 1947 ਨੂੰ ਭਾਰਤ ਨੂੰ ਆਜ਼ਾਦੀ ਮਿਲੀ। ਕਈ ਸਦੀਆਂ ਤੋਂ ਭਾਈਚਾਰਕ ਸਾਂਝ ਨਾਲ ਰਹਿ ਰਹੇ ਲੋਕਾਂ ਨੂੰ ਅਚਾਨਕ ਲੱਗਿਆ ਕਿ ਉਹ ਸਰਹੱਦ ਦੇ ਗਲਤ ਪਾਸੇ ਰਹਿ ਰਹੇ ਨੇ। ਫਿਰਕੂ ਹਿੰਸਾ ਨੇ ਲੋਕਾਂ ਜਿਵੇਂ ਜਿਵੇਂ ਅਸੀਂ ਤੁਰਦੇ ਗਏ ਕਾਰਵਾਂ ਵੱਧਦਾ ਗਿਆ, ਕਿਉਂਕਿ ਦੂਜੇ ਪਿੰਡਾਂ ਦੇ ਲੋਕ ਵੀ ਸਾਡੇ ਕਾਰਵੇ ਨਾਲ ਜੁੜਦੇ ਰਹੇ। ਅਸੀਂ ਭੁੱਖੇ ਸੀ, ਜੋ ਫਸਲ ਆਜ਼ਾਦੀ ਮਿਲ ਗਈ ਉਹ ਕਹਿਣ ਲੱਗੇ